ਅੱਜ ਪੰਜਾਬ ਭਰ ਵਿੱਚ ਅੰਤਰਰਾਸ਼ਟਰੀ ਡਰੱਗਸ ਡੇ ਮਨਾਇਆ ਗਿਆ। ਪਟਿਆਲਾ ਵਿੱਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸੈਮੀਨਾਰ ਮੌਕੇ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਭਰ ਵਿੱਚ ਡਰੱਗਸ ਨੂੰ ਲੈ ਕੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਉਹੀ ਪੁਲਿਸ ਹੈ ਜੋ ਪਿਛਲੀ ਸਰਕਾਰ ਸਮੇਂ ਇਹਨਾਂ ਤੇ ਨਕੇਲ ਕਸਣ ਲਈ ਕਾਮਯਾਬ ਨਹੀਂ ਹੋ ਰਹੀ ਸੀ, ਪਰ ਜਦੋਂ ਤੋਂ ਉਹਨਾਂ ਦੀ ਸਰਕਾਰ ਆਈ ਹੈ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਚੱਲ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵੀ ਕਿਹਾ ਉਹ ਕਰਕੇ ਦਿਖਾਵਾਂਗੇ। ਐਡਮਿਨਿਸਟ੍ਰੇਸ਼ਨ ਲੋਕ ਕਹਿੰਦੇ ਆ ਕਿਵੇਂ ਕਰ ਦਿਓਗੇ, ਮੈਂ ਕਹਿੰਦਾ ਵੀ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸੇ ਸਿਸਟਮ ਉਹੀ ਅਫਸਰ ਉਹੀ ਸਰਕਾਰ ਕਿਸਾਨਾਂ ਦੀ ਫਸਲ ਸਰਕਾਰ ਬਦਲ ਦੇ ਨਾਲ ਦੀ ਨਾਲ ਚੱਕੀ ਗਈ, ਉਸੇ ਤਰ੍ਹਾਂ ਹੀ ਨਸ਼ਾ ਜਿਹੜਾ ਵਪਾਰ ਹੈ ਉਸੇ ਪੁਲਿਸ ਨੂੰ ਜਦੋਂ ਉੱਤੋਂ ਇਸ਼ਾਰਾ ਹੋ ਗਿਆ ਵੀ ਨਾ ਤਾਂ ਅਸੀਂ ਕਮਿਸ਼ਨ ਭਾਲਦੇ ਨਾ ਅਸੀਂ ਹਿੱਸਾ ਭਾਲਦੇ, ਜਿਹੜੇ ਨਸ਼ੇ ਦੇ ਸੌਦਾਗਰਾਂ ਨੂੰ ਪਕੜ ਕੇ ਅੰਦਰ ਕਰੋ ਉਹ ਉਹਨਾਂ ਨੇ ਪਕੜ ਕੇ ਅੰਦਰ ਕਰਤੇ ਜਾਂ ਉਹ ਪੰਜਾਬ ਛੱਡ ਕੇ ਭੱਜ ਗਏ।